ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਛੋਟਾ ਵੀਰ ਰਜਿੰਦਰ ਬਰਾੜ। ਦੋਸਤੋ, ਤੁਹਾਡੇ ਕਾਫੀ ਸਾਰੇ ਮੈਨੂੰ ਕਮੈਂਟ ਆ ਰਹੇ ਸੀ ਕਿ ਇਹ ਦੱਸੋ ਕਿ ਕੁਲਵਿੰਦਰ ਬਿੱਲਾ, ਰਣਜੀਤ ਬਾਵਾ ਅਤੇ ਅਮਰਿੰਦਰ ਗਿੱਲ ਸਾਹਿਬ ਇੱਕ ਲਾਈਵ ਸ਼ੋਅ ਦੇ ਕਿੰਨੇ ਪੈਸੇ ਲੈਂਦੇ ਆ। ਸੋ ਇਸ ਵੀਡੀਓ ਰਾਹੀਂ ਦੋਸਤੋ ਆਪਾਂ ਇਹੀ ਗੱਲ ਕਰਾਂਗੇ ਕਿ ਇਹ ਤਿੰਨੇ ਸਟਾਰ ਇੱਕ ਲਾਈਵ ਸ਼ੋਅ ਦੇ ਕਿੰਨੇ ਪੈਸੇ ਲੈਂਦੇ ਆ, ਕਿਉਂਕਿ ਆਪਾਂ ਜਾਣਦੇ ਹਾਂ ਕਿ ਅੱਜ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਆ। ਸੋ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਦੋਸਤੋ, ਜੇਕਰ ਤੁਸੀਂ ਆਪਣਾ ਚੈਨਲ ਆਰਬੀ ਪੰਜਾਬੀ ਫਨ ਅਜੇ ਸਭ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਰੇ ਹੋਰ ਵੀਡੀਓ ਦੇ ਲਈ ਚੈਨਲ ਨੂੰ ਜ਼ਰੂਰ ਸਭ ਸਬਸਕ੍ਰਾਈਬ ਕਰੋ, ਕਿਉਂਕਿ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ ਵੀਰੇ। ਇਹ ਬਿਲਕੁਲ ਫ੍ਰੀ ਹੈ, ਇਸਦੇ ਕੋਈ ਪੈਸੇ ਨਹੀਂ ਲੱਗਦੇ। ਸੋ ਦੋਸਤੋ, ਆਪਾਂ ਹੁਣ ਜਲਦੀ ਜਲਦੀ ਗੱਲ ਕਰ ਲੈਂਦੇ ਕਿ ਇਹ ਇੱਕ ਲਾਈਵ ਸ਼ੋਅ ਦੇ ਕਿੰਨੇ ਪੈਸੇ ਲੈਂਦੇ ਆ। ਦੋਸਤੋ, ਜੇਕਰ ਆਪਾਂ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਤਾਂ ਉਹ ਇੱਕ ਲਾਈਵ ਸ਼ੋਅ ਦਾ 3.5 ਲੱਖ ਤੋਂ 4 ਲੱਖ ਰੁਪਏ ਚਾਰਜ ਕਰਦੇ ਆ। ਇਸ ਤੋਂ ਇਲਾਵਾ ਰਣਜੀਤ ਬਾਵਾ ਇੱਕ ਲਾਈਵ ਸ਼ੋਅ ਦਾ 4 ਤੋਂ 5 ਲੱਖ ਰੁਪਏ ਲੈਂਦੇ ਆ। ਅਤੇ ਬਾਈ ਅਮਰਿੰਦਰ ਗਿੱਲ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਉਹ ਸਿੰਗਿੰਗ ਦੇ ਨਾਲ ਨਾਲ ਅੱਜ ਕੱਲ੍ਹ ਮੂਵੀਜ਼ ਵਿੱਚ ਵੀ ਪੂਰੀ ਤਰ੍ਹਾਂ ਛਾਏ ਹੋਏ ਆ, ਉਹਨਾਂ ਦਾ ਇੱਕ ਲਾਈਵ ਸ਼ੋਅ ਦਾ ਰੇਟ ਆ ਜਿਹੜਾ ਉਹ 12 ਲੱਖ ਰੁਪਏ ਦੇ ਕਰੀਬ ਆ। ਸੋ ਦੋਸਤੋ, ਉਮੀਦ ਆ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ। ਹੋਰ ਪੰਜਾਬੀ ਵੀਡੀਓਜ਼ ਦੇ ਲਈ ਚੈਨਲ ਨੂੰ ਮੈਂ ਫਿਰ ਕਹੂੰਗਾ ਤੁਹਾਨੂੰ ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਕਮੈਂਟ ਵੀ ਕਰੋ। ਅਤੇ ਥੈਂਕ ਯੂ ਸੋ ਮੱਚ।